ਤੇ ਅੱਗੇ ਵਧਦਾ ਤਾਂ ਹੁਣ ਗੱਲ ਕਰਾਂਗੇ ਕੌਮੀ ਇਨਸਾਫ ਮੋਰਚੇ ਦੀ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਹਾਈ ਕੋਰਟ ਨੇ ਮਾਮਲੇ ਸੰਬੰਧੀ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਆ ਤਲਬ ਕੀਤੀ ਹੈ ਰਿਪੋਰਟ ਤੇ 16 ਮਾਰਚ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਹੋਏ ਨੇ ਮਾਣਯੋਗ ਅਦਾਲਤ ਦੁਆਰਾ ਸੋ ਮੋਰਚੇ ਨੂੰ ਹਟਵਾਉਣ ਸੰਬੰਧੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਤੇ ਸੁਣਵਾਈ ਹੋਈ ਹੈ ਤੇ ਮਾਣਯੋਗ ਹਾਈ ਕੋਰਟ ਨੇ ਮਾਮਲੇ ਸੰਬੰਧੀ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ ਤੇ 16 ਮਾਰਚ ਦਾ ਜਿਹੜਾ ਸਮਾਂ ਹੈ ਉਹ ਦਿੱਤਾ ਗਿਆ ਹੈ 16 ਮਾਰਚ ਨੂੰ ਸਟੇਟਸ ਰਿਪੋਰਟ ਹੈ ਜਿਹੜੀ ਉਹ ਪੇਸ਼ ਕੀਤੀ ਜਾਵੇ ਸੋ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਦੁਆਰਾ ਜਿਹੜੀ ਸਟੇਟਸ ਰਿਪੋਰਟ ਮਾਣਯੋਗ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਉਸ ਦੇ ਵਿੱਚ ਕੀ ਕੁਝ ਜਿਹੜਾ ਅਹਿਮ ਰਹਿੰਦਾ ਹੈ ਤੇ ਉਸ ਤੋਂ ਬਾਅਦ ਮਾਣਯੋਗ ਅਦਾਲਤ ਦੇ ਕੀ ਅਗਲੇ ਜਿਹੜੇ ਨਵੇਂ ਨਿਰਦੇਸ਼ ਨੇ ਉਹ ਜਾਰੀ ਹੁੰਦੇ ਨੇ ਤੇ ਫੋਨ ਲਾਈਨ ਤੇ ਮੇਰੇ ਸਹਿਯੋਗੀ ਮਨੋਜ ਜੋਸ਼ੀ ਜੁੜੇ ਨੇ ਮਨੋਜ ਕੀ ਜਾਣਕਾਰੀ ਹੈ ਜੋ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਜਿਹੜੀ ਹੈਗੀ ਹੈ ਉਹ ਜਿਸ ਤਰ੍ਹਾਂ ਕਿ ਪੰਚਕੂਲਾ ਵਿੱਚ ਰੋਡ ਜਾਮ ਕਰਤੀ ਸੀਗੀ ਪੰਚਾਇਤਾਂ ਨੇ ਤੇ ਉਹਨੂੰ ਖੋਲਣ ਲਈ ਹਾਈ ਕੋਰਟ ਨੇ ਆਰਡਰ ਕਰਤਾ ਕਿ ਇਹ ਰਸਤਾ ਖਾਲੀ ਕਰਾਇਆ ਜਾਵੇ ਉਸ ਨੂੰ ਦੇਖਦੇ ਹੁਣ ਪੰਜਾਬ ਦੇ ਜਿਹੜਾ ਹੈਗਾ ਬਾਈਪੀਐਸ ਚੌਕ ਮੋਹਾਲੀ ਦਾ ਉੱਥੇ ਕੌਮੀ ਇਨਸਾਫ ਮੋਰਚਾ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਉਹਨੂੰ ਲੈ ਕੇ ਇੱਕ ਯਾਚਿਕਾ ਦਾਇਰ ਕੀਤੀ ਗਈ ਸੀ ਉਸ ਯਾਚਿਕਾ ਦੇ ਉੱਪਰ ਅੱਜ ਜਿਹੜੇ ਹਾਈ ਕੋਰਟ ਹੈ ਉਹਨੇ ਸੁਣਵਾਈ ਕਰਦੇ ਹੋਏ ਜਿਹੜੀ ਪੰਜਾਬ ਸਰਕਾਰ ਹੈਗੀ ਹੈ ਉਹਨੂੰ ਉਦੋਂ ਪੂਰੀ ਸਟੇਟਸ ਰਿਪੋਰਟ ਮੰਗੀ ਹੈ ਔਰ 16 ਮਾਰਚ ਨੂੰ ਰਿਪੋਰਟ ਜਿਹੜੀ ਹੈਗੀ ਹੈ ਕੋਰਟ ਦੇ ਮੂਹਰੇ ਪੇਸ਼ ਕਰਨ ਨੂੰ ਕਿਹਾ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਉਸ ਟਾਈਮ ਦੇ ਉਸ ਜਗ੍ਹਾ ਦੇ ਉੱਪਰ ਕਿਆ ਮੌਜੂਦਾ ਹਾਲਾਤ ਨੇ ਤੇ ਇਹ ਜਿਹੜਾ ਧਰਨਾ ਹੈਗਾ ਜਿਹੜਾ ਲੱਗਿਆ ਉਹ ਕਿਸ ਤਰ੍ਹਾਂ ਲੱਗਿਆ ਹੈ ਤਾਂ ਉਹ ਕਿਉਂ ਨਹੀਂ ਹਟ ਰਿਹਾ ਹੈਗਾ ਇਹ ਪੂਰੀ ਜਾਣਕਾਰੀ ਮੰਗੀ ਗਈ ਹੈ ਸਟੇਟਸ ਰਿਪੋਰਟ ਤੋਂ ਬਾਅਦ ਜਿਹੜਾ ਕੋਰਟ ਹੈਗਾ ਇਸ ਪਰ ਅਗਲਾ ਫੈਸਲਾ ਲਵੇਗਾ ਕਿ ਇਹਨੂੰ ਹਟਾਉਣਾ ਹੈ ਜਾਂ ਇਹਨੂੰ ਇਹਦੇ ਉੱਪਰ ਕੀ ਕਾਰਵਾਈ ਕਰਨੀ ਹੈ ਤਾਂ ਕਿ ਜਿਹੜੇ ਲੋਕ ਹੈਗੇ ਉਹ ਹਰ ਰੋਜ਼ ਪਰੇਸ਼ਾਨ ਸੋ ਮਨੋਜ ਕਿਸਨੇ ਜਿਹੜੀ ਹੈ ਪਟੀਸ਼ਨ ਪਈ ਹੈ ਮਾਣਯੋਗ ਅਦਾਲਤ ਦੇ ਵਿੱਚ ਤੇ ਉਸ ਤੋਂ ਬਾਅਦ ਇਸ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਕੀ ਕੁਝ ਦਲੀਲ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਸਟੇਟਸ ਰਿਪੋਰਟ ਦੀ ਮੰਗ ਕੀਤੀ ਗਈ ਹੈ ਮਾਣਯੋਗ ਅਦਾਲਤ ਦੁਆਰਾ ਦੇਖੋ ਜਿਹੜੀ ਸਟੇਟਰ ਜਿਹੜੀ ਧਰਨਾ ਲੱਗਿਆ ਉਸ ਨੂੰ ਲੈ ਕੇ ਇਹੀ ਗੱਲ ਹੈ ਕਿ ਜਿਹੜੇ ਲੋਕ ਉੱਥੇ ਲੋਕ ਪਰੇਸ਼ਾਨ ਹੁੰਦੇ ਨੇ ਰਸਤਾ ਪੂਰਾ ਬੰਦ ਹੈ 3 ਤੇ 4 ਰਸਤੇ ਜਿਹੜੇ ਹੈਗੇ ਨੇ ਉਹ ਪ੍ਰਭਾਵਿਤ ਹੈ ਜਿਹੜਾ ਇਹ ਬਿਲਕੁਲ ਮੇਨ ਰੋਡ ਹੈ ਲਾਗੇ ਇੱਕ ਸਕੂਲ ਹੈਗਾ ਆ ਉਹਦੇ ਲਾਗੇ ਇੱਕ ਖੇਡ ਦਾ ਮੈਦਾਨ ਹੈ ਤੇ ਪਬਲਿਕ ਪਾਰਕ ਹੈਗਾ ਆ ਉੱਥੇ ਲੋਕ ਜਾਂਦੇ ਜਾਂਦੇ ਨੇ ਤੇ ਸਰਕਾਰੀ ਆਫਿਸਿਸ ਨੇ ਤੇ ਉਸ ਕਰਕੇ ਜਿਹੜਾ ਰਸਤਾ ਪੂਰਾ ਪ੍ਰਭਾਵਿਤ ਹੁੰਦਾ ਜਿਹੜੇ ਕਈ ਲੋਕ ਉਸ ਏਰੀਆ ਦੇ ਗਏ ਸੀ ਉਹਨਾਂ ਨੇ ਪਟੀਸ਼ਨ ਪਾਈ ਸੀਗੀ ਤੇ ਉਹਨਾਂ ਦਾ ਮਕਸਦ ਇਹ ਸੀਗਾ ਕਿ ਰਸਤਾ ਜਿਹਾ ਖੁਲਾਇਆ ਜਾਵੇ ਸਾਨੂੰ ਰੋਜ਼ ਲੰਬਾ ਰਸਤਾ ਤੈਅ ਕਰਨਾ ਪੈਂਦਾ ਔਰ ਜਿਸ ਦਿਨ ਪ੍ਰਦਰਸ਼ਨ ਹੁੰਦਾ ਉਸ ਦਿਨ ਤਾਂ ਕਈ ਹੋਰ ਜਿਹੜੇ ਰਸਤੇ ਦੋ ਆਸ-ਪਾਸ ਦੇ ਰਸਤੇ ਉਹ ਵੀ ਬੰਦ ਹੋ ਜਾਂਦੇ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੇ ਕਾਰਵਾਈ ਪੰਚਕੂਲੇ ਹੋ ਸਕਦੀ ਹੈ ਰਾਤੋਂ ਰਾਤ ਜਿਹੜੇ ਉੱਥੇ ਸਰਪੰਚ ਚ ਬੈਠੇ ਸੀਗੇ ਉਹਨਾਂ ਨੂੰ ਹਟਾਇਆ ਜਾ ਸਕਦਾ ਤਾਂ ਇੱਥੇ ਕਿਉਂ ਨਹੀਂ ਹਟਾਇਆ ਜਾ ਸਕਦਾ ਇਸ ਦੀ ਕਾਰਵਾਈ ਤੇ ਹੁਣ ਸਰਕਾਰ ਜਿਹੜੀ ਹੈਗੀ ਆਪਣੇ ਪੱਖ ਦੱਸੇਗੀ ਕਿ ਹਟਾ ਸਕਦੀ ਹੈ ਨਹੀਂ ਸਕਦੀ ਉਸ ਦੀ ਜਗ੍ਹਾ ਸਟੇਟਸ ਰਿਪੋਰਟ ਕਿਹਾ ਹੈਗੀ ਉਸ ਏਰੀਆ ਦੀ ਤੇ ਉਸ ਦੇ ਆਧਾਰ ਤੇ ਹੀ ਜਿਹੜੇ ਕੋਰਟ ਅਗਲਾ ਕੋਈ ਫੈਸਲਾ ਲਵੇਗਾ ਜੀ ਗੁਰਪ੍ਰੀਤ ਠੀਕ ਹੈ ਮਨੋਜ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਜਾਣਕਾਰੀ ਦੇਣ ਦੇ ਲਈ